अजीत वैब टीवी के दर्शकों का अज असी बटाला च स्वागत करते हैं। उन्होंने एक ताज़ा खबर है, बड़ी एक माड़ी खबर है कि बटाला जिहड़ा करोना का जिहड़ा कहर है वह जिहड़ा प्रसार है बड़ी तेजी नाल वध रहा है। एक सब्जी मंडी च काम करने वाला लिफाफे वेचण वाला वीर सिंह ते उहदे परिवार के पहला तीन मैंबर निकले सी ते उन्होंने इलाका जिहड़ा शुगरपुरे का वा उत्थे जिहड़े सैंपल 56 सैंपल जिहड़े लए गए सी उन्होंने हुणे हुणे रिजल्ट आए ने ते 9 पेशेंट जिहड़े है करोना दे आ गए ने। करोना दे जिहड़े पेशेंट शुगरपुरे असी शुगरपुरे तो बोल रहे हाँ, उन्होंने जिहड़े पॉजिटिव केस सी ओ SMO पल्ला दी अगवाई DSP सिंगला SHO मुख्तार सिंह ते पुलिस फोर्स दे नाल उन्होंने सिविल हस्पताल एंबूलेंस बिठा के लै गई है ते होर भी जिहड़े सैंपल लए जा रहे हैं। इलाका जिहड़ा सील कर दिता गया वा ते इत्थे लोगों ने कुछ लोगों ने कहा गया है कि पहला इत्थे सर्वे जिहड़ा है स्प्रे जिहड़ा है कट होया है पर हुण लगातार स्प्रे चल रहा है। देखना वो ये होएगा कि क्या जिहड़ा है ये करोना के होर पेशेंट निकलणगे कि जां नहीं निकलणगे। मेरे नाल दी ते दसण दे जो ते पत्थरी ते दर्द है। हाँ जी, वैसे पोजीशन ठीक है? हाँ जी, कोई गलबात नहीं, रोटी पानी पकाउंदे रहो। मैं सगो ड्राइवरी करदा, मैं बाहर अंदर जाना गड्डी ते, कोई मंडी छड्डी नहीं बटाले दी जिहड़ी नहीं मैं घुमे। ਤੁਸੀਂ ਕੀ ਕੰਮ ਕਰਦੇ ਹੋ? ਮੈਂ ਡਰਾਈਵਰੀ ਕਰਨਾ, ਟਰੱਕ ਚਲਾਉਣਾ। ਤੁਸੀਂ ਪੁੱਛਦੇ ਹੋ ਕਿ ਨੈਗੇਟਿਵ ਹੋ? ਮੇਰਾ ਕੱਲ ਆਇਆ ਬਸ, ਹੋਰ ਠੀਕ ਆਇਆ ਮੇਰਾ। ਅੱਛਾ, ਤੁਹਾਡਾ ਤੁਸੀਂ ਤੁਹਾਡੇ ਨਹੀਂ ਹੈਗਾ? ਹਾਂਜੀ ਨਹੀਂ ਜੀ। ਅੱਛਾ, ਜਿਹੜਾ ਕਰੋਨਾ ਸਮਝਦੇ ਹੋ ਕਿਉਂ ਆ? ਕੀ ਪਤਾ ਸਰ, ਸਾਨੂੰ ਆ ਦੇ ਨਾਲ ਦੀ ਰੋਟੀ ਪਾਣੀ ਪਕਾਉਂਦੇ, ਸਵੇਰੇ ਹਨੇਰੇ 4 ਵਜੇ ਉੱਠਦੇ ਆ, ਉਹਨਾਂ ਦੇ ਪੱਥਰੀ ਦਾ ਦਰਦ ਆ ਸ਼ੁਰੂ ਤੋਂ। ਅੱਛਾ, ਤੁਹਾਡੇ ਏਰੀਏ 'ਚ ਮਤਲਬ ਕਰੋਨਾ ਤੋਂ ਪਹਿਲੇ ਕੋਈ ਸੈਨੇਟਾਈਜ਼ ਹੋਇਆ ਦਾ? ਕੋਈ ਨਹੀਂ, ਇੱਥੇ ਦਵਾਈ ਦੂਈ ਸੁਣਾਈ ਕਿਸੇ ਨੇ? ਕੋਈ ਨਹੀਂ, ਜਦੋਂ ਦੇ ਆ ਤਿੰਨ ਗਏ ਨੇ ਉਸ ਤੋਂ ਬਾਅਦ ਕੋਈ ਨਹੀਂ ਇੱਥੇ, ਕੋਈ ਸਿਕਿਉਰਿਟੀ ਨਹੀਂ। ਉਹਨਾਂ ਦਾ ਟੱਬਰ ਕਦੀ ਬਾਹਰ ਆਉਂਦਾ, ਕਦੀ ਜਾਂਦਾ, ਕਦੀ ਆਉਂਦਾ, ਕਦੀ ਬਾਹਰ ਜਾਂਦਾ। ਉਹ ਉਹਨਾਂ ਦੇ ਆਪ ਨਹੀਂ ਕੰਟਰੋਲ ਆ, ਨਹੀਂ ਇੱਥੇ ਕਿਤੇ ਗਲੀ 'ਚ ਜਾਂ ਤਾਂ ਪੱਕੇ ਬੰਦ ਕਰਨ, ਗਲੀ ਪਾਕੇ ਬੰਦ ਕਰੇ ਵੀ ਕੋਈ ਨਾ ਆਵੇ ਤੇ ਨਾ ਕੋਈ ਜਾਵੇ। ਸਾਡੇ ਤਾਂ ਆਏ ਨੇ ਮੇਰੇ ਛੋਟੇ ਭਰਾ ਦੇ, ਇੱਕ ਨਾਲ ਦੀ ਆਏ, ਇੱਕ ਮੁੰਡਾ ਆਇਆ ਵਾ। ਸਾਡੇ ਤੋਂ ਹੈਗੇ ਆ ਦੋ ਤਾਂ ਮੇਰੇ ਹੈਗੇ ਆ, ਤਿੰਨ ਕੁੜੀਆਂ, ਦੋ ਕੁੜੀਆਂ ਇੱਕ ਮੁੰਡਾ, ਉਹ ਵੀ ਠੀਕ ਆ, ਮੈਂ ਵੀ ਠੀਕ ਹਾਂ। ਇੱਕ ਮੇਰੇ ਤੋਂ ਛੋਟੇ ਦਾ ਮੁੰਡਾ, ਉਹ ਵੀ ਠੀਕ ਆ, ਹੋਰ 4-5 ਜਾਣੇ ਆ, ਮਤਲਬ ਠੀਕ ਆ। ਫੈਮਿਲੀ ਦੇ ਵਿੱਚੋਂ ਸਭ ਤੋਂ ਛੋਟੇ ਨਿਆਣੇ ਦੀ ਏਜ ਕਿੰਨੀ ਹੈ ਜੀ? ਉਹ ਹੈਗੀ ਜੀ 1.5 ਸਾਲ ਦਾ। ਉਹਦੇ ਅਕਸਰ ਮਦਰ ਦੇ ਨਾਲ ਹੀ ਰਹਿੰਦਾ ਹੋਵੇਗਾ? ਹਾਂਜੀ, ਬਟ ਉਹ ਨੈਗੇਟਿਵ ਨੇ। ਉਹ ਨਹੀਂ ਛੋਗਾ, ਠੀਕ ਆ ਵੀ। ਅੱਜ 9 ਕੇਸ ਪੋਜ਼ਿਟਿਵ ਆਇਆ ਜਿਹੜੇ ਵੀਰ ਸਿੰਘ ਦੀ ਫੈਮਿਲੀ ਦੇ ਨਾਲ ਕੰਟੈਕਟ ਸੀ। ਇੱਥੋਂ ਅਸੀਂ 56 ਸੈਂਪਲ ਲਏ ਸੀ ਜਿਨ੍ਹਾਂ 'ਚੋਂ 9 ਪੋਜ਼ਿਟਿਵ ਆਇਆ। ਸਾਰਾ ਏਰੀਏ ਨੂੰ ਸੀਲ ਕਰਨ ਵਾਸਤੇ ਕਹਿ ਦਿੱਤਾ ਗਿਆ ਔਰ ਇਹਨੂੰ ਸੈਨੇਟਾਈਜ਼ ਕਰਨ ਵਾਸਤੇ ਵੀ ਕਹਿ ਦਿੱਤਾ ਗਿਆ। ਆਲੇ ਦੁਆਲੇ ਸਭ ਨੂੰ ਹਦਾਇਤਾਂ ਦਿੱਤੀਆਂ ਗਈਆਂ ਵੀ ਇਹ ਕੋਈ ਵੀ ਅਜੇ ਘਰੋਂ ਬਾਹਰ ਜਾਂ ਆਪਣੇ ਏਰੀਏ 'ਚ ਬਾਹਰ ਨਹੀਂ। ਨਹੀਂ, ਇਹ ਪਰਸੋਂ ਤੱਕ ਦੇ ਜਿੰਨੇ ਸੈਂਪਲ ਆ ਸਰ ਦੀ ਰਿਪੋਰਟਿੰਗ ਹੋ ਗਈ ਆ। ਕੱਲ੍ਹ ਜਿਹੜੇ ਸੈਂਪਲ ਭੇਜੇ ਸੀ ਉਹਨਾਂ ਦੀ ਰਿਪੋਰਟਿੰਗ ਸ਼ਾਮ ਤੱਕ ਪਤਾ ਲੱਗੀ। ਸਰ, ਜਿਹੜੇ ਅੱਜ ਪੋਜ਼ਿਟਿਵ ਆਏ ਨੇ ਇਹ ਜਿਹੜੇ ਆਪਣੇ ਪਿਛਲੇ ਦਿਨੀ ਲਿਫਾਫੇ ਵਾਲੇ ਕੇਸ ਸੀਗਾ, ਹਾਂ ਉਸੇ ਕੇਸ ਦਾ ਸੰਬੰਧ 'ਚ ਨੇ? ਅੱਜ ਤੁਹਾਡੇ ਮਹਿਕਮੇ ਵੱਲੋਂ ਕੀ ਕੀਤਾ ਜਾ ਰਿਹਾ ਜੀ ਇਸ ਏਰੀਏ 'ਚ? ਅਸੀਂ ਇਹਨਾਂ ਪੇਸ਼ੈਂਟ ਨੂੰ ਆਪਣੇ ਸਿਵਲ ਹਸਪਤਾਲ 'ਚ ਸ਼ਿਫਟ ਕੀਤਾ। ਸਾਰੇ ਡੋਰ ਟੂ ਡੋਰ ਸਰਵੇ ਅਸੀਂ ਪਹਿਲਾਂ ਵੀ ਚੱਲ ਰਿਹਾ ਸਾਡਾ ਵੀ ਕੋਈ ਇਸ ਪੇਸ਼ੈਂਟ ਨੂੰ ਕੋਈ ਸਾਈਨ ਸਿਮਟਮ ਹੋਵੇ ਤਾਂ ਦੱਸੇ। ਅੱਜ ਵੀ ਇਹ ਕੁੜੀਆਂ ਜਿਹੜੀਆਂ ਇਹ ਸਾਰੀਆਂ ਸਰਵੇ ਕਰ ਰਹੀਆਂ ਸੀ ਪਹਿਲਾਂ ਵੀ, ਇਹ ਹੁਣ ਵੀ ਬਾਕੀ ਵੀ ਸਰਵੇ ਕਰਨਗੀਆਂ। SDM ਸਾਹਿਬ ਨੂੰ ਇਸ ਏਰੀਏ ਨੂੰ ਸੈਨੇਟਾਈਜ਼ ਕਰਾਉਣ ਵਾਸਤੇ ਕਹਿਤਾ, ਨਾਲ ਹੀ ਇਸ ਏਰੀਏ ਨੂੰ ਸੀਲ ਕਰਨ ਵਾਸਤੇ ਕਹਿਤਾ। ਹੁਣ ਟੋਟਲ ਕਿੰਨੇ ਪੇਸ਼ੈਂਟ ਆ ਜੀ ਪੋਜ਼ਿਟਿਵ ਬਟਾਲੇ ਦੇ? ਇਸ ਵੇਲੇ ਸਾਡੇ ਕੋਲ ਇਸ ਵੇਲੇ ਹੁਣ ਇਹ 9 ਇਹ ਤਾਂ 3 ਪਹਿਲਾਂ ਨੇ ਸਾਡੇ ਕੋਲ, 12 ਪੇਸ਼ੈਂਟ ਐਡਮਿਟ ਕਰ ਰਹੇ ਹਾਂ। ਹਲੇ ਤੱਕ ਤਾਂ ਸਟੇਬਲ ਆ, ਬਾਕੀ ਇਹਨਾਂ ਦੀ ਅਜੇ ਜਾ ਕੇ ਮੈਡੀਕਲ ਚੈੱਕਅਪ ਹੋਏਗਾ, ਉਹਦੇ ਬਾਅਦ ਹੀ ਪਤਾ ਲੱਗੇਗਾ। ਕਰੋਨਾ ਦਾ ਜਿਹੜਾ ਕਹਿਰ ਹੈ ਥੰਮਦਾ ਨਜ਼ਰ ਨਹੀਂ ਆ ਰਿਹਾ। ਬਟਾਲਾ ਤੋਂ ਮੈਂ ਜਤਿੰਦਰ ਕਦ, ਅਜੀਤ ਵੈਬ ਟੀਵੀ। ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ, ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ।
अफवाहों तो बचो अते सच्चियां ते सही खबरां दे लई जुड़े रहो अजीत वेब टीवी दे नाल।